ਸਾਡੇ ਨਾਲ ਹੁਣ ਮੌਜੂਦ ਨੇ ਪ੍ਰਦੀਪ ਖਾਲਸਾ ਜੀ, ਜੋ ਇਹ ਵੀ ਬਲਾਕ ਪ੍ਰਧਾਨ ਨੇ, ਅਤੇ ਸਾਨੇਆਲ ਦੀ ਜਿਹੜੀ ਕੌਂਸਟੀਚੁਐਂਸੀ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦੀ ਹੈ, ਇਹਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਨਿਭਾਉਂਦੇ ਨੇ। ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਾਬ, ਸਲਾਮ, ਨਮਸਕਾਰ ਜੀ। ਖਾਲਸਾ ਸਾਹਿਬ, ਕਿਸ ਤਰ੍ਹਾਂ ਦਾ ਜਿਹੜਾ ਤੁਸੀਂ ਮਾਡਲ ਦਿੱਲੀ ਦਾ ਮੰਨਦੇ ਹੋ, ਜਿਹੜਾ ਹੁਣ ਤੁਹਾਨੂੰ ਵੋਟਾਂ ਕਿਸ ਤਰ੍ਹਾਂ ਲੋਕ ਤੁਹਾਡੇ ਉੱਪਰ ਫੇਥ ਕਰਨ, ਕਿਸ ਤਰ੍ਹਾਂ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ? ਸਰ, ਗੱਲ ਇਹ ਆ ਵੀ ਅਸੀਂ ਅੱਜ ਜਿਹੜੀ ਪੰਜਾਬ ਦੀ ਹਾਲਤ ਦੇਖ ਰਹੇ ਹਾਂ ਉਹ ਵੱਧ ਤੋਂ ਬਦਤਰ ਹੋ ਚੁੱਕੀ। ਸਰਕਾਰੀ ਸਕੂਲਾਂ ਦਾ ਇੰਨਾ ਮਾੜਾ ਹਾਲ ਆ ਕਿ ਕਿੱਥੇ ਤਾਂ ਅਸੀਂ ਖੁਦ ਆਪ ਸਰਕਾਰੀ ਸਕੂਲਾਂ 'ਚ ਪੜ੍ਹੇ ਸੀਗੇ ਔਰ ਪ੍ਰਾਊਡ ਕਰਦੇ ਹੁੰਦੇ ਸੀ ਕਿ ਅਸੀਂ ਸਰਕਾਰੀ ਸਕੂਲ 'ਚ ਪੜ੍ਹ ਕੇ ਆਏ, ਅਤੇ ਕਿੱਥੇ ਅੱਜ ਜਾਂ ਤਾਂ ਬਹੁਤ ਹੀ ਗਰੀਬ ਮਜ਼ਦੂਰਾਂ ਦੇ ਜਿਹੜੇ ਹੈਗੇ ਆ ਜਾਂ ਪ੍ਰਵਾਸੀ ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਦੇ ਬੱਚੇ ਉੱਥੇ ਪੜ੍ਹ ਰਹੇ ਨੇ, ਅਤੇ ਉਹਨਾਂ ਦੀ ਵੀ ਵਿਚਾਰਿਆਂ ਦੀ ਦੇਖੋ ਉਹ ਵੀ ਤਾਂ ਅਕਸਰ ਇਨਸਾਨਾਂ ਦੇ ਬੱਚੇ ਨੇ ਨਾ, ਉਹਨਾਂ ਦੀ ਵੀ ਤਰਸਯੋਗ ਹਾਲਤ ਆ, ਕਿਤੇ ਤਾਂ ਬੈਠਣ ਲਈ ਟਾਟ ਵੀ ਨਹੀਂ ਹੈਗੇ, ਬਹੁਤ ਮਾੜੀ ਹਾਲਤ ਆ, ਅਤੇ ਇੱਦਾਂ ਹੀ ਜਿਹੜੀ ਮੈਡੀਕਲ ਸਹੂਲਤ ਦਾ ਬਹੁਤ ਮਾੜਾ ਹਾਲ ਆ। ਸੋ ਅੱਜ ਜਿਹੜਾ ਵੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਖੜ੍ਹੇ ਹਾਂ, ਅਸੀਂ ਸਿਰਫ ਅਤੇ ਸਿਰਫ ਅਰਵਿੰਦ ਕੇਜਰੀਵਾਲ ਦੀ ਉਹ ਸੋਚ ਨਾਲ ਖੜ੍ਹੇ ਹਾਂ ਕਿ ਸਾਡੀਆਂ ਜੋ ਦੋ ਮੁੱਢਲੀਆਂ ਲੋੜਾਂ ਨੇ, ਐਜੂਕੇਸ਼ਨ ਔਰ ਦੂਜਾ ਜਿਹੜਾ ਹੈਲਥ, ਠੀਕ ਹੈ ਨਾ, ਅਤੇ ਅਸੀਂ ਉਹਦੇ 'ਤੇ ਉਹ ਉਹਨਾਂ ਦੇ ਉਸ ਸਿਧਾਂਤ 'ਤੇ ਕਿ ਉਹਦਾ ਸਿੱਧਾ ਤੋਂ ਸਿੱਧਾ ਫਾਇਦਾ ਆਮ ਬੰਦੇ ਨੂੰ, ਜਿਹੜਾ ਆਮ ਆਦਮੀ ਨੂੰ, ਗਰੀਬ ਆਦਮੀ ਨੂੰ ਹੋਣਾ ਆ, ਔਰ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਨੇ ਸਾਨੂੰ ਇਹੀ ਪੈਗਾਮ ਦਿੱਤਾ ਕਿ ਜਿਹੜਾ ਗਰੀਬ ਦਾ ਮੂੰਹ ਗੁਰੂ ਜੀ ਖੋਲ੍ਹੋ। ਔਰ ਤੁਸੀਂ ਅਸੀਂ ਆਪਣੇ ਤੌਰ 'ਤੇ ਵੀ ਲਗਭਗ ਜਿੰਨਾ ਕੁ ਹੁੰਦਾ ਕੋਸ਼ਿਸ਼ ਕਰੀ ਆ, ਸੋਸ਼ਲ ਵਰਕ ਜਿਹੜਾ ਕਰੀਦਾ ਗਰੀਬਾਂ ਦੇ ਮੂੰਹ ਤੱਕ ਪਹੁੰਚ ਗਏ, ਔਰ ਕੇਜਰੀਵਾਲ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਸਾਨੂੰ ਪਸੰਦ ਨੇ, ਇਸ ਕਰਕੇ ਅਸੀਂ ਪਾਰਟੀ ਦੇ ਨਾਲ ਬੜੀ ਮਜ਼ਬੂਤੀ ਨਾਲ ਅਸੀਂ ਖੜ੍ਹੇ ਹਾਂ। ਜਦੋਂ ਧਰਮ ਦੇ ਨਾਮ 'ਤੇ ਜਾਂ ਕਿਸੇ ਹੋਰ ਮੁੱਦਿਆਂ 'ਤੇ ਰਾਜਨੀਤੀ ਹੁੰਦੀ ਸੀ ਪੰਜਾਬ 'ਚ, ਸੋ ਪਹਿਲੀ ਵਾਰੀ ਹੋਇਆ ਕਿ ਵਿਕਾਸ ਦੇ ਨਾਮ 'ਤੇ ਜਿਹੜੀ ਰਾਜਨੀਤੀ ਕੇਜਰੀਵਾਲ ਜੀ ਨੇ ਸ਼ੁਰੂ ਕੀਤੀ ਆ, ਔਰ ਅਸੀਂ ਇਹਨੂੰ ਸਲੂਟ ਕਰਦੇ ਹਾਂ, ਇਹਦੇ ਨਾਲ ਖੜ੍ਹੇ ਹਾਂ, ਅਤੇ ਅਸੀਂ ਨਹੀਂ ਚਾਹੁੰਦੇ ਹੈਗੇ ਵੀ ਅੱਜ ਵੀ ਅਸੀਂ ਧਰਮ ਦੇ ਨਾਮ 'ਤੇ ਗੁੰਮਰਾਹ ਹੋਈਏ ਜਾਂ ਕੋਈ ਇੱਦਾਂ ਦੀ ਗੱਲ ਹੋਵੇ, ਕਿਉਂਕਿ ਕੁਛ ਇਨਸਾਨ ਇਹੋ ਜਿਹਾ ਜ਼ਰੂਰ ਕਰਦੇ ਨੇ, ਪਰ ਬੰਦਿਆਂ ਦਾ ਹੁਣ ਖਾਲਸਾ ਦੀ ਲਾ ਲਓ, ਤੁਸੀਂ ਪਹਿਲਾਂ ਇੱਥੋਂ ਇਲੈਕਸ਼ਨ ਲੜ ਕੇ ਗਏ ਫਤਿਹਗੜ੍ਹ ਸਾਹਿਬ ਤੋਂ, ਅਸੀਂ ਇੱਕ ਉਹਨਾਂ ਨੂੰ ਬਹੁਤ ਵਧੀਆ ਧਾਰਮਿਕ ਸ਼ਖਸੀਅਤ ਸਮਝਦੇ ਸੀ ਕਿ 84 'ਚ ਯੂਨੀਵਰਸਿਟੀ ਵਾਲੇ ਤੋਂ, ਪਰ ਅੱਜ ਉਹ ਬੀਜੇਪੀ ਦੀ ਜਿਹੜੀ ਕਿ ਆਪਾਂ ਜਾਣਦੇ ਕੱਟੜ RSS ਹਿੰਦੂ ਜਿਹੜੀ ਉਹ ਜਮਾਤ ਹੈਗੀ ਆ, ਜਿਹਨਾਂ ਨੂੰ ਸ਼ਾਇਦ ਹਿੰਦੂ ਧਰਮ ਨਾਲ ਤਾਂ ਕੋਈ ਹੈ ਹੀ ਨਹੀਂ, ਕਿਉਂਕਿ ਅੱਜ ਤੱਕ ਰਾਮ ਮੰਦਿਰ ਤਾਂ ਬਣਾਇਆ ਹੀ ਨਹੀਂ ਉਹਨਾਂ ਨੇ, ਉਹ ਤਾਂ ਉਹਨਾਂ ਨੇ ਸਿਰਫ ਇੱਕ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਣੀਆਂ ਔਰ ਭੜੱਤਣ ਪੈਦਾ ਕਰਨੀ। ਖਾਲਸਾ ਜੀ, ਹਲਕੇ ਦੀ ਗੱਲ ਕਰਦੇ ਹਾਂ, ਤੁਹਾਡਾ ਸਾਹਮਣੇ ਹਲਕਾ, ਤੁਹਾਡਾ ਮਿਹਰਬਾਨ ਇਲਾਕਾ, ਢੰਡਾਰੀ ਇਲਾਕਾ, ਜਿਹੜਾ ਘੋੜਾ ਰੋਡ, ਮਤਲਬ ਬਦਹਾਲ ਸਥਿਤੀ ਆ ਸੜਕਾਂ ਦੀ, ਸੀਵਰੇਜ ਦੀ, ਲਾਈਟਾਂ ਦੀ, ਪਾਣੀ ਦੀ, ਇਹਦੇ ਬਾਰੇ ਕੀ ਕਹਿਣਾ ਚਾਹੀਦਾ? ਇਹਦੇ ਬਾਰੇ ਕਹਿਣਾ ਕੀ ਆ ਜੀ, ਇਹਦੇ ਬਾਰੇ ਤਾਂ ਲੋਕਾਂ ਨੂੰ ਪਤਾ ਹੀ ਆ, ਕਿਉਂਕਿ ਸਾਡੇ ਸਾਹਮਣੇ ਵਾਲ ਹਲਕੇ ਦੇ ਵਿੱਚ ਸ਼ਰਨਜੀਤ ਸਿੰਘ ਢਿੱਲੋਂ ਜਿਹੜੇ MLA ਨੇ, ਉਹ ਪਿਛਲੇ ਸਮੇਂ ਜਦੋਂ ਉਹਨਾਂ ਦੀ ਸਰਕਾਰ ਸੀ ਤਾਂ ਉਹ ਕੈਬਨਿਟ ਮੰਤਰੀ ਵੀ ਰਹੇ ਨੇ, PWD ਦੇ ਵੀ ਰਹੇ ਨੇ, ਉਹਨਾਂ ਨੇ ਆਪਣੇ ਮੰਤਰੀ ਕਾਲ ਦੇ ਟਾਈਮ 'ਤੇ ਇੱਕ ਕਿਲੋ ਲੋਕ ਪੂਰੇ ਸਾਹਮਣੇ ਵਾਲ ਦੇ ਦਿੱਤੇ। ਸੋ ਸਾਨੂੰ ਤਾਂ ਉਹਨਾਂ ਤੋਂ ਬਹੁਤ ਆਸ ਸੀਗੀ, ਸਾਡੇ ਲੋਕਲ ਸੀਗੇ, ਭਾਗਪੁਰ ਪਿੰਡ ਸੀ ਉਹਨਾਂ ਦਾ, ਸਾਡੇ ਹਲਕੇ ਦੀ ਨਹਾਰ ਬਦਲਣ ਦੇ, ਨਹਾਰ ਬਦਲਣ ਦੀ ਬਜਾਏ ਉਹਨਾਂ ਨੇ ਜਿਹੜਾ 13-14 ਪਿੰਡਾਂ 'ਚ ਸੀਵਰੇਜ ਪਾਇਆ, ਉਹ ਸੀਵਰੇਜ ਵੀ ਬਹੁਤ ਹੀ ਮਤਲਬ ਕਿ ਇਨਲੀਗਲ ਤਰੀਕੇ ਦੇ ਨਾਲ ਪਿਆ, ਮਤਲਬ ਛੋਟੇ ਛੋਟੇ ਸੀਵਰੇਜ, ਜਾਂ ਤਾਂ ਉਹਨਾਂ ਵੱਲ ਉਹਨਾਂ ਨੇ ਧਿਆਨ ਨਹੀਂ ਦਿੱਤਾ, ਵੋਟਾਂ ਦਾ ਆਪਣਾ ਮਤਲਬ ਸੀ ਉਹਨਾਂ ਨੂੰ, ਅਤੇ ਉਹ ਬੜੀ ਬੁਰੀ ਹਾਲਤ ਆ, ਸਾਡੇ ਤਰਸਯੋਗ ਹਾਲਤ ਆ, ਸਟਰੀਟ ਲਾਈਟਾਂ ਤਾਂ ਦੂਰ ਦੀ ਗੱਲ ਆ, ਉੱਥੋਂ ਬੰਦਾ ਜਿਹੜਾ ਆਮ ਬੰਦਾ ਨਾ ਉਹ ਖੁੱਲ੍ਹੇ ਨੱਕ ਨਾਲ ਜਦੋਂ ਲੰਘਦਾ ਬੰਦਾ ਉਹ ਵੀ ਬਿਮਾਰ ਹੋਣ ਦੀ ਹਾਲਤ 'ਤੇ ਹੋ ਜਾਂਦਾ, ਇੰਨੀ ਬਦਬੂ ਉੱਥੋਂ ਇੰਨਾ ਜਾਣੀ। ਉਮੀਦ ਕਰਦੇ ਹੋ ਜੇ ਤੁਹਾਡੇ ਦੁੱਲੋ ਸਾਹਿਬ ਨੂੰ ਲੋਕ ਮੈਂਡੇਟ ਦਿੰਦੇ ਆ, ਕਿਸ ਤਰ੍ਹਾਂ ਦੇ ਉਮੀਦ ਕਰਨ ਲੋਕ ਪੂਰੇ ਹਲਕੇ ਦੇ ਵਿੱਚ ਫਤਿਹਗੜ੍ਹ ਸਾਹਿਬ 'ਚ ਸਾਹਮਣੇ ਆ ਚੁੱਕੇ, ਕਿਸ ਤਰ੍ਹਾਂ ਦੇ ਤੁਸੀਂ ਕੰਮ ਪੈਦੇ ਆ ਰਸਤੇ? ਦੇਖੋ ਜੀ, ਅਸੀਂ ਦੁੱਲੋ ਸਾਹਿਬ ਤੋਂ ਇਹੀ ਉਮੀਦ ਕਰਦੇ ਹਾਂ ਕਿ ਅਸੀਂ ਤਾਂ ਜਿਹੜੀ ਪਾਰਟੀ ਦੇ ਸਿਧਾਂਤ ਨੇ, ਜਿਵੇਂ ਭਗਵੰਤ ਮਾਨ ਜੀ ਨੇ ਇੱਕ ਇੱਕ ਪੈਸਾ ਆਪਣਾ ਵੱਢਿਆ, ਅਸੀਂ ਅੱਜ ਵੀ ਉਹਨਾਂ ਨਾਲ ਬੈਠ ਕੇ ਓਪਨਲੀ ਗੱਲ ਕੀਤੀ ਆ ਕਿ ਸਾਨੂੰ ਨਹੀਂ ਮਤਲਬ ਕਿਸੇ ਚੀਜ਼ ਨਾਲ, ਅਸੀਂ ਇੱਕ ਇੱਕ ਰੁਪਏ ਦਾ ਹਿਸਾਬ ਲੈਣਾ, ਕਿਉਂਕਿ ਆਮ ਆਦਮੀ ਪਾਰਟੀ ਦਾ ਜੋ ਵੀ MLA ਆ ਉਹ ਲੋਕਾਂ ਦਾ ਸੇਵਕ ਆ,
ਸੋ ਅਸੀਂ ਉਹਨਾਂ ਨੂੰ ਕਹਿਤਾ ਵੀ ਸਾਫ ਸ਼ਬਦਾਂ 'ਚ ਅਸੀਂ ਇੱਕ ਇੱਕ ਰੁਪਏ ਦਾ ਹਿਸਾਬ ਲੈਣਾ ਔਰ ਜੋ ਵੀ ਹਲਕੇ ਦੇ ਵਿੱਚ ਜਿਹੜੀਆਂ ਵਿਕਾਸ ਦੀਆਂ ਮੁੱਢਲੀਆਂ ਜ਼ਰੂਰਤਾਂ ਨੇ ਚਾਹੇ ਉਹ ਗੰਦਗੀ ਭਰੀਆਂ ਸੜਕਾਂ ਨੇ ਜੋ ਵੀ ਨੇ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਅਸੀਂ ਉਹਨਾਂ ਨੂੰ ਫੜ ਕੇ ਬਾਅਦ ਤੋਂ ਫੜ ਕੇ ਅਸੀਂ ਕੰਮ ਲਾਉਂਦੇ ਇੱਕ ਗੱਲ ਐਡ ਕਰਨੀ ਚਾਹੁੰਦਾ ਵਿੱਚ ਮੈਂ ਇੱਥੇ ਸਾਡੇ ਹਲਕੇ 'ਚ ਬੀਬੀ ਸਤਵਿੰਦਰ ਕੌਰ ਬੇਟੀ ਜੀ ਹਲਕਾ ਇੰਚਾਰਜ ਤੋਂ ਬੋਲ ਰਹੀ ਆਪਣੇ ਆਪ ਨੂੰ ਔਰ ਕਾਂਗਰਸ ਦੀ ਸਰਕਾਰ ਹੁੰਦਿਆਂ ਪਿਛਲੇ ਲੰਬੇ ਸਮੇਂ ਤੋਂ 2.5 ਸਾਲ ਤੋਂ ਮੈਂ ਦੇਖ ਰਿਹਾ ਔਰ ਵੱਡੇ ਵੱਡੇ ਪਿੰਡਾਂ 'ਚ ਜਾ ਕੇ ਬਹੁਤਾ ਵੋਟਾਂ ਜਦੋਂ ਵੀ ਵੋਟਾਂ ਹੋਣੀਆਂ ਚਾਹੇ ਕਾਂਗਰਸ ਦੀਆਂ ਹੋਣੇ ਪੀਰੀਆਂ ਹੁਣ ਫਿਰ ਜਾ ਰਹੇ ਨੇ ਔਰ ਉਹਨਾਂ ਨੂੰ ਲੋਕਾਂ ਦੀ ਹਾਲਤ ਬਿਲਕੁਲ ਨਹੀਂ ਦਿਖ ਰਹੀ ਉਹ ਇੱਕ ਸੈਲੀਬ੍ਰਿਟੀ ਸੀਗੇ ਮੈਂ ਚਾਹੁੰਦਾ ਸੀ ਕਿ ਇਹੋ ਜਿਹੇ ਬੰਦੇ ਨੂੰ ਘੱਟੋ ਘੱਟ ਜਿਹੜੀ ਜਨਤਾ ਦੀ ਪ੍ਰੋਬਲਮ ਜ਼ਰੂਰ ਦੇਖਣੀ ਚਾਹੀਦੀ ਆ ਉਹ ਨਾਮ ਦੇ ਸੈਲੀਬ੍ਰਿਟੀ ਹੈ ਨਾਮ ਦਾ ਉਹ ਸਿਰਫ ਸਿਆਸਤ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਪ੍ਰਦੀਪ ਖਾਲਸਾ ਜਿਨ੍ਹਾਂ ਨੇ ਬੜੇ ਵਿਸਥਾਰ ਨਾਲ ਅਤੇ ਬਰੀਕੀਆਂ ਨਾਲ ਇਲਾਕੇ ਦੇ ਜਿਹੜੇ ਮੁੱਦਿਆਂ ਬਾਰੇ ਅਤੇ ਨੈਸ਼ਨਲ ਜਿਹੜੀ ਲੀਡਰਸ਼ਿਪ ਉਹਦੇ ਬਾਰੇ ਜਾਣਕਾਰੀ ਦਿੱਤੀ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਇਹਨਾਂ ਦੇ ਇਹਨਾਂ ਨੂੰ ਜਾਂਚ ਕੇ ਪਰਖ ਕੇ ਆਪਣਾ ਜਿਹੜਾ ਵੋਟ ਦਾ ਮੈਂਡੇਟ ਇਹਨਾਂ ਨੂੰ ਦੇਣ ਤਾਂ ਕਿ ਜਿਹੜਾ ਵਿਕਾਸ ਹੈ ਆਮ ਆਦਮੀ ਦਾ ਵਿਕਾਸ ਹੋਰ ਸਹੀ ਤਰੀਕੇ ਨਾਲ ਹੋ ਸਕੇ ਤੁਸੀਂ ਦੇਖਦੇ ਰਹੋ ਕਰੰਟ ਰਿਪੋਰਟ ਚੈਨਲ ਧੰਨਵਾਦ